ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਪੰਜਾਬ ਵਿੱਚ ਹੋਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਬਲਾਕ ਸ਼ਾਹਕੋਟ ਵਿੱਚ ਬੁੱਧਵਾਰ ਨੂੰ ਬਲਾਕ ਸ਼ਾਹਕੋਟ ਦੇ 15 ਅਤੇ ਜ਼ਿਲ੍ਹਾ ਪ੍ਰੀਸ਼ਦ ਦੇ 2 ਜ਼ੋਨਾਂ ਤੇ ਸ਼੍ਰੀਮਤੀ ਨਵਨੀਤ ਕੌਰ ਬਲ SDM ਕਮ ਚੋਣ ਰਿਟਰਨਿੰਗ ਅਫਸਰ ਸ਼ਾਹਕੋਟ ਦੀ ਅਗਵਾਈ 'ਚ ਹੋਈਆਂ ਚੋਣਾਂ ਅਮਨ ਅਮਾਨ ਨਾਲ ਨਪੇੜੇ ਚੜ ਗਈਆਂ। ਚੋਣਾਂ ਦੌਰਾਨ ਸਵੇਰੇ 8 ਵਜੇ ਬਲਾਕ ਸ਼ਾਹਕੋਟ ਦੇ 92 ਪਿੰਡਾਂ ਵਿੱਚ ਬਣਾਏ ਗਏ 104 ਪੋਲਿੰਗ ਬੂਥਾਂ ਤੇ ਸਮੇਂ ਸਿਰ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ। ਇਸ ਦੌਰਾਨ ਸਵੇਰੇ ਸਮੇਂ ਵੋਟਰਾਂ ਵਿੱਚ ਵੋਟਾਂ ਪਾਉਣ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਵੋਟਰਾਂ ਨੂੰ ਘਰ ਤੋਂ ਲਿਆਉਣ ਤੇ ਛੱਡਣ ਲਈ ਵਾਹਨਾਂ ਦੀ ਵੀ ਪ੍ਰਬੰਧ ਕੀਤਾ ਗਿਆ। ਬਲਾਕ ਸ਼ਾਹਕੋਟ ਦੇ 104 ਬੂਥਾਂ ਵਿੱਚ ਪਹਿਲੇ 2 ਘੰਟਿਆਂ ਦੌਰਾਨ 12% ਵੋਟਾਂ ਪੋਲ ਹੋਈਆਂ, ਜਦਕਿ ਦੁਪਹਿਰ ਸਮੇਂ ਵੋਟਰਾਂ ਵਿੱਚ ਵੋਟਾਂ ਪਾਉਣ ਨੂੰ ਲੈ ਕੇ ਉਤਸ਼ਾਹ ਘੱਟ ਗਿਆ ਅਤੇ ਦੁਪਹਿਰੇ 12 ਵਜੇ ਤੱਕ 25% ਵੋਟਾਂ ਹੀ ਪੋਲ ਹੋਈਆਂ। ਇਸ ਦੌਰਾਨ ਕੁਝ ਪੋਲਿੰਗ ਬੂਥ ਤੇ ਕਾਫੀ ਲੰਬੀਆਂ ਕਤਾਰਾਂ ਵੀ ਵੇਖਣ ਨੂੰ ਮਿਲੀਆਂ ਅਤੇ ਵੋਟਰਾਂ ਨੇ ਬੜੇ ਉਤਸ਼ਾਹ ਨਾਲ ਸਾਰਾ ਦਿਨ ਵੋਟਾਂ ਪਾਈਆਂ। ਬਾਅਦ ਦੁਪਹਿਰੇ 2 ਵਜੇ ਤੱਕ 38% ਪੋਲਿੰਗ ਹੋਈ। ਚੋਣਾਂ ਦੌਰਾਨ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਵੀ ਪੋਲਿੰਗ ਬੂਥਾਂ ਤੇ ਬਾਜ ਨਜ਼ਰ ਰੱਖੀ ਗਈ ਤੇ ਪ੍ਰਸ਼ਾਸਨ ਵੱਲੋਂ ਤੈਨਾਤ ਕੀਤੇ ਗਏ ਸੁਪਰਵਾਈਜ਼ਰ ਸਟਾਫ ਵੱਲੋਂ ਹਰ 2 ਘੰਟੇ ਬਾਅਦ ਚੋਣਾਂ ਸਬੰਧੀ ਅਧਿਕਾਰੀਆਂ ਨੂੰ ਪੋਲਿੰਗ ਬੂਥਾਂ ਦੀ ਸਥਿਤੀ ਅਤੇ ਪੋਲ ਹੋਈਆਂ ਵੋਟਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ SDM ਨਵਨੀਤ ਕੌਰ ਬਲ ਨੇ ਦੱਸਿਆ ਕਿ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਤੋਂ ਬਚਾ ਰਿਹਾ ਅਤੇ ਚੋਣ ਅਮਲੇ ਤੇ ਵੋਟਰਾਂ ਨੇ ਪ੍ਰਸ਼ਾਸਨ ਦਾ ਹਰ ਤਰ੍ਹਾਂ ਨਾਲ ਸਾਥ ਦਿੱਤਾ। ਉਹਨਾਂ ਕਿਹਾ ਕਿ ਚੋਣਾਂ ਸਬੰਧੀ 22 ਸਤੰਬਰ ਨੂੰ ਸਵੇਰੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਵਿਖੇ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਵੇਗਾ, ਜਿਸ ਸਬੰਧੀ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਹਾਂਜੀ, ਅੱਜ 19 ਸਤੰਬਰ ਨੂੰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 104 ਬੂਥਾਂ ਦੇ ਵਿੱਚ ਸ਼ਾਹਕੋਟ ਵਿਖੇ ਵੋਟਾਂ ਜਿਹੜੀਆਂ ਨੇ ਉਹ ਪਾਈਆਂ ਜਾ ਰਹੀਆਂ ਨੇ। ਸਵੇਰੇ 8 ਵਜੇ ਜਿਹੜਾ ਹੈ ਉਹ ਚੋਣਾਂ ਦਾ ਸਮਾਂ ਸ਼ੁਰੂ ਹੋਇਆ ਹੈ ਅਤੇ ਪਹਿਲੇ 2 ਘੰਟੇ ਦੇ ਵਿੱਚ 12% ਵੋਟਿੰਗ ਜਿਹੜੀ ਹੈ ਹੋ ਚੁੱਕੀ ਸੀ। ਉਸ ਤੋਂ ਬਾਅਦ 10 ਤੋਂ 12 ਵਜੇ ਦੇ ਵਿੱਚ ਜਿਹੜੀ ਹੈ ਉਹ 13% ਵੋਟਿੰਗ ਹੋਣ ਦੇ ਨਾਲ 12 ਵਜੇ ਤੱਕ 25% ਜਿਹੜੀ ਹੈ ਵੋਟਿੰਗ ਸਾਡੇ ਕੋਲ ਹੋ ਚੁੱਕੀ ਹੈਗੀ ਹੈ। ਪ੍ਰਸ਼ਾਸਨ ਵੱਲੋਂ ਸਾਰੇ ਹੀ ਜਿਹੜੇ ਪ੍ਰਬੰਧ ਹੈਗੇ ਆ ਉਹ ਇਸ ਸੰਬੰਧੀ ਕੀਤੇ ਗਏ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਹੈ ਘਟਨਾ ਉਹ ਹਜੇ ਤੱਕ ਸਾਹਮਣੇ ਨਹੀਂ ਆਈ। ਠੀਕ ਹੈ, ਅਤੇ ਮੈਡਮ ਜਿਹੜੀ ਵੋਟਾਂ ਦੀ ਗਿਣਤੀ ਵਗੈਰਾ ਦਾ ਕੰਮ ਕਿੱਥੇ ਹੋਏਗਾ ਜੀ? ਵੋਟਾਂ ਦੀ ਗਿਣਤੀ 22 ਤਰੀਕ ਨੂੰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਵੇਰੇ 8 ਵਜੇ ਤੋਂ ਕੀਤੀ ਜਾਏਗੀ। ਠੀਕ ਹੈ ਜੀ, ਅਤੇ ਉਹਦੇ ਲਈ ਜਿਹੜਾ ਪ੍ਰਬੰਧ ਵਗੈਰਾ ਸਾਰੇ ਹੋ ਚੁੱਕੇ ਨੇ ਜੀ? ਆਪਣੇ ਸਾਰੇ ਹੀ ਪ੍ਰਬੰਧ ਜਿਹੜੇ ਆ ਕਾਊਂਟਿੰਗ ਦੇ ਉਹ ਵੀ ਮੁਕੰਮਲ ਕਰ ਲਏ ਗਏ। ਠੀਕ ਹੈ, ਅਤੇ ਇਸ ਤੋਂ ਇਲਾਵਾ ਕੋਈ ਹੋਰ ਆਪਣੀ ਗੱਲਬਾਤ ਕੋਈ ਹੈ ਕੋਈ ਆਪਣੇ ਪ੍ਰਸ਼ਾਸਨ ਵੱਲੋਂ ਕੋਈ? ਨਹੀਂ ਜੀ, ਪ੍ਰਸ਼ਾਸਨ ਦੀ ਜਿਹੜੀ ਹੈ ਉਹ ਪਹਿਲ ਹੁੰਦੀ ਹੈ ਕਿ ਸਾਰੇ ਹੀ ਨਿਰਪੱਖ ਢੰਗ ਦੇ ਨਾਲ ਜਿਹੜੀਆਂ ਚੋਣਾਂ ਹੈ ਉਹ ਉਹਨਾਂ ਨੂੰ ਨੇਪੜੇ ਚਾੜਿਆ ਜਾਵੇ ਅਤੇ ਅਸੀਂ ਇਸ ਗੱਲ ਲਈ ਬਿਲਕੁਲ ਵਚਨਬੱਧ ਹੈਗੇ। ਸ਼ਾਹਕੋਟ ਤੋਂ ਆਜ਼ਾਦ ਸੱਤੇਵਾ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।